ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਆਪਣੇ ਚੈਨਲ 'ਤੇ, ਅਤੇ ਤੁਹਾਡੇ ਲਈ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈ ਦੀ ਆ। ਉਸੇ ਤਰ੍ਹਾਂ ਆਪਾਂ ਅੱਜ ਅਰਜਨ ਦੀ ਵੀਡੀਓ ਲੈ ਕੇ ਆਏ ਹਾਂ, ਅਤੇ ਕਾਫੀ ਵਧੀਆ ਵਧੀਆ ਮੋਡੀਫਿਕੇਸ਼ਨ ਇਹਦੇ ਵਿੱਚ ਕੀਤੀ ਆ। ਬਾਕੀ ਤੁਹਾਨੂੰ ਪਤਾ ਹੀ ਹੋਣਾ, ਰੀਲਸ ਤੁਸੀਂ ਇਹ ਟਰੈਕਟਰ ਦੀਆਂ ਦੇਖੀਆਂ ਹੋਣਗੀਆਂ, ਕਾਫੀ ਮਸ਼ਹੂਰ ਆ। ਅਤੇ ਆਪਾਂ ਪੂਰੀ ਗੱਲਬਾਤ ਭਾਅ ਜੀ ਦੇ ਨਾਲ ਕਰਦੇ ਹਾਂ। ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਅਤੇ ਕੋਈ ਨਵਾਂ ਵੀਵਰ ਚੈਨਲ 'ਤੇ ਆਇਆ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਆਪਾਂ ਬਲ ਭਰਾ ਦਾ ਕਰਦੇ ਗੱਲਬਾਤ, ਅਤੇ ਪੂਰੀ ਤੁਹਾਨੂੰ ਡਿਟੇਲ ਇਹਦੇ ਬਾਰੇ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਇੱਕ ਵਾਰੀ ਭਾਅ ਜੀ ਆਪਣਾ ਏਰੀਆ ਵੀ ਦੱਸ ਦਿਓ। ਭਾਅ ਜੀ ਆਪਣਾ ਏਰੀਆ ਹੈਗਾ ਬੰਗਾ। ਠੀਕ ਹੈ ਭਾਅ ਜੀ। ਹਾਂਜੀ। ਅਤੇ ਭਾਅ ਜੀ ਹੁਣ ਆਪਾਂ ਜੇ ਟਰੈਕਟਰ ਦੀ ਗੱਲ ਸਟਾਰਟ ਕਰੀਏ, ਤਾਂ ਪਹਿਲਾਂ ਇਹਦਾ ਮਾਡਲ ਦੱਸ ਦਿਓ ਇੱਕ ਵਾਰ। ਇਹ ਭਾਅ ਜੀ 8 ਮਾਡਲ ਆ। ਠੀਕ ਹੈ। ਹਾਂਜੀ। ਅਤੇ ਜੋ ਮਤਲਬ ਕਿ ਵਗੈਰਾ ਓਰੀਜਨਲ ਹੀ ਆ, ਬਾਕੀ ਮੋਡੀਫਿਕੇਸ਼ਨ ਵੱਖਰੀ? ਇਹ ਭਾਅ ਜੀ ਟਰੈਕਟਰ ਓਰੀਜਨਲ ਹੀ ਆ ਸਾਰਾ। ਠੀਕ ਹੈ ਭਾਅ। ਹਾਂਜੀ ਠੀਕ ਆ। ਅਤੇ ਭਾਅ ਜੀ ਆਪਾਂ ਜੇ ਵੰਪਰ ਤੋਂ ਸਟਾਰਟ ਕਰੀਏ, ਤਾਂ ਵੰਪਰ ਦੇ ਬਾਰੇ ਸਾਨੂੰ ਥੋੜ੍ਹੀ ਡਿਟੇਲ ਦੇ ਦਿਓ ਵੀ ਇੱਕ ਤਾਂ ਜਿੱਦਾਂ ਇਹਦੀ ਲੈਂਥ ਕਿੰਨੀ ਆ। ਇਹ ਭਾਅ ਜੀ 26 ਇੰਚ ਆ। ਠੀਕ ਹੈ। ਅਤੇ 1.5 ਕੁਇੰਟਲ ਦਾ ਭਾਅ ਜੀ ਇਹ। ਠੀਕ ਹੈ ਭਾਅ ਜੀ। ਹਾਂਜੀ ਹਾਂਜੀ। ਅਤੇ ਜਿਹੜਾ ਆਪਾਂ ਇਹਨੂੰ ਕਲਰ ਕਰਵਾਇਆ ਉਹ ਕਾਫੀ ਵਧੀਆ ਆ। ਹਾਂਜੀ। ਜਿੱਦਾਂ ਆਪਾਂ ਕੁਆਲਿਟੀ ਵੀ ਆਪਾਂ ਦੇਖ ਸਕਦੇ ਨਾ, ਕਾਫੀ ਮੋਟਾ ਕਲਰ ਇਹਦੇ ਉੱਪਰ ਕੀਤਾ ਆ। ਹਾਂਜੀ ਭਾਅ ਜੀ। ਅਤੇ ਇਹਦੇ ਬਾਰੇ ਸਾਨੂੰ ਥੋੜ੍ਹਾ ਦੱਸ ਦਿਓ, ਆਪਾਂ ਰੰਗ ਰੁੰਗ ਕਿੱਥੋਂ ਕਰਵਾਉਂਦੇ? ਇਹ ਭਾਅ ਜੀ ਬੰਗਿਆਂ ਤੋਂ ਕਰਵਾਇਆ ਜੀ। ਇਹ ਡਲਕੂ ਦਿਓ? ਠੀਕ ਹੈ ਭਾਅ ਜੀ। ਹਾਂਜੀ ਹਾਂਜੀ। ਇਹ ਜਿੱਦਾਂ ਜਿਹੜਾ ਕਾਰਾਂ ਨੂੰ ਪੇਂਟ ਆਉਂਦਾ ਉਹੀ ਪੇਂਟ ਆ? ਹਾਂਜੀ 2K ਦਾ ਆ। ਹਾਂਜੀ ਠੀਕ ਹੈ ਭਾਅ ਜੀ। ਹਾਂਜੀ। ਤੇ ਇਹਦਾ ਭਾਅ ਜੀ ਆਪਾਂ ਨੂੰ ਜਿੱਦਾਂ ਕਾਸਟ ਦਾ ਕੁਝ ਆਈਡੀਆ ਹੈਗਾ, ਕਿੰਨੇ ਕੁ ਦੀ ਪੈ ਗਿਆ ਹੋਊਗਾ ਮਤਲਬ ਇਹ? ਇਹ ਬੰਪਰ ਭਾਅ ਜੀ ਇਹ ਆਪਾਂ ਨੂੰ ਪੈ ਗਿਆ ਲਗਭਗ 16-17 ਹਜ਼ਾਰ ਦਾ ਪੈ ਗਿਆ। ਠੀਕ ਹੈ ਭਾਅ ਜੀ। ਹਾਂਜੀ। ਕਲਰ ਵਗੈਰਾ ਸਾਰਾ ਕਰਕੇ? ਹਾਂਜੀ ਹਾਂਜੀ ਭਾਅ ਜੀ। ਠੀਕ ਹੈ। ਹਾਂਜੀ। ਤੇ ਆਪਾਂ ਇਹਦੇ ਭਾਅ ਜੀ ਬੈਚਿੰਗ, ਇੱਕ ਤਾਂ ਆਪਾਂ ਫਰੰਟ ਤੇ ਬੈਚਿੰਗ ਕਰਵਾਈ ਹੋਈ ਹੈ ਬਲ ਦੀ, ਹੈ ਨਾ? ਹਾਂਜੀ। ਇਹ ਆਪਾਂ ਕਿੱਥੋਂ ਕਰਵਾਈ ਆ? ਇਹ ਭਾਅ ਜੀ ਬ੍ਰਾਮ ਹੀ ਆਪਣਾ ਫਰੈਂਡ। ਠੀਕ ਹੈ। ਉਹਦੇ ਤੋਂ ਕਰਵਾਈ ਆ। ਠੀਕ ਹੈ। ਹਾਂਜੀ ਹਾਂਜੀ। ਤੇ ਜਿਹੜੀ ਆਪਾਂ ਬਾਰ ਲਗਵਾਈ ਉਹ ਆਪਾਂ ਕਿੰਨੇ ਇੰਚ ਵਾਲੀ ਇੱਚ ਯੂਜ਼ ਕੀਤੀ ਭਾਜੀ? ਇਹ ਭਾਜੀ ਹੈਗੀ ਆ 24 ਇੰਚ ਦੀ ਆ। ਠੀਕ ਹੈ। ਹਾਂਜੀ ਹਾਂਜੀ ਹਾਂਜੀ। ਤੇ ਇਹ ਆਪਾਂ ਕਿੱਥੋਂ ਲਗਵਾਈ ਸੀਗੀ? ਇਹ ਵੀ ਭਾਜੀ ਬ੍ਰਾਮ ਤੋਂ ਲਵਾਈ ਆ। ਠੀਕ ਹੈ। ਹਾਂਜੀ ਦੀਪਾ ਇਲੈਕਟ੍ਰੀਸ਼ੀਅਨ। ਠੀਕ ਹੈ ਭਾਜੀ। ਉਹ ਤੋਂ ਲਵਾਈ ਆ। ਹਾਂਜੀ। ਮਤਲਬ ਕਿ ਜੋ ਇਲੈਕਟ੍ਰੀਸ਼ੀਅਨ ਦਾ ਕੰਮ ਉਹ ਬਾਈ ਕੋਲੋਂ ਹੀ ਸਾਰਾ? ਹਾਂਜੀ, ਉਹਨਾਂ ਤੋਂ ਵੀ ਹੋਇਆ, ਢਾਹਾਂ ਤੋਂ ਵੀ ਹੋਇਆ। ਠੀਕ ਹੈ। ਦੋ ਇਲੈਕਟ੍ਰੀਸ਼ੀਅਨ ਤੋਂ ਆਇਆ, ਉਹ ਵਿੱਕੀ ਆ ਮੁੰਡਾ। ਠੀਕ ਹੈ ਭਾਜੀ। ਉਹ ਢਾਹੀ ਆ ਭਾਜੀ। ਠੀਕ ਹੈ। ਤੇ ਜਿਹੜੇ ਭਾਜੀ ਆਪਾਂ ਰੂਟਸ ਦੇ 4 ਹੋਰਨ ਆਪਾਂ ਯੂਜ਼ ਕੀਤੇ, ਹੈ ਨਾ? ਹਾਂਜੀ। ਇਹਨਾਂ ਦੇ ਬਾਰੇ ਸਾਨੂੰ ਥੋੜਾ ਦੱਸ ਦਿਓ, ਆਪਾਂ ਕਿੱਥੋਂ ਲਗਵਾਏ ਸੀ, ਕਾਸਟ ਕਿੰਨੀ ਕੁ ਪਈ ਹੋਊਗੀ? ਇਹ ਭਾਜੀ ਢਾਹਾਂ ਤੋਂ ਲਵਾਏ ਵਿੱਕੀ ਆ ਮੁੰਡਾ। ਠੀਕ ਹੈ। ਇਹ ਭਾਜੀ ਕਾਸਟ ਪੈ ਗਈ ਸੀ ਆਪਾਂ ਨੂੰ ਅਰਾਊਂਡ ਇਹ 1700 ਦੀ ਜੋੜੀ ਪਈ ਸੀ ਇਹ। ਠੀਕ ਹੈ ਭਾਜੀ। ਤੇ ਇਹ 1700 ਦੀ ਜੋੜੀ ਪਈ ਸੀ ਇੱਕ ਦੀ, ਦੋ ਜੋੜੀਆਂ ਲਵਾਈਆਂ। ਹਾਂਜੀ ਠੀਕ ਹੈ। ਹਾਂਜੀ। ਤੇ ਭਾਈ ਆਪਾਂ ਹੈੱਡ ਲਾਈਟਾਂ ਦੇ ਵਿੱਚ ਜਿੱਦਾਂ ਕਾਫੀ ਵਧੀਆ ਬਣਾਈਆਂ ਹੋਈਆਂ, ਹੈ ਨਾ? ਇੱਕ ਤਾਂ ਆਪਾਂ ਸਾਈਡਾਂ ਤੇ ਰਿੰਗ ਲਗਵਾਇਆ ਹੋਇਆ। ਹਾਂਜੀ। ਤੇ ਵਿੱਚ ਆਪਾਂ ਪ੍ਰੋਜੈਕਟਰ ਯੂਜ਼ ਕੀਤਾ, ਹੈ ਨਾ? ਹਾਂਜੀ। ਇਹਨਾਂ ਦੇ ਬਾਰੇ ਸਾਨੂੰ ਥੋੜਾ ਦੱਸ ਦਿਓ। ਇਹ ਭਾਜੀ ਆਪਾਂ ਵਿੱਕੀ ਨੇ ਕੀਤਾ, ਮੁੰਡੇ ਨੇ ਢਾਹਾਂ ਦਾ ਆ। ਠੀਕ ਹੈ। ਤੇ ਉਹਨੇ ਸਾਰਾ ਕੀਤਾ ਹੈ ਕਸਟਮ ਇਹਦਾ। ਠੀਕ ਹੈ ਭਾਜੀ। ਹਾਂਜੀ ਹਾਂਜੀ। ਤੇ ਇਹਨਾਂ ਦਾ ਕੁਝ ਆਈਡੀਆ ਹੈਗਾ ਕਾਸਟ ਦਾ, ਮਤਲਬ ਕਿੰਨੇ? ਇਹ ਭਾਜੀ ਲਗਭਗ 1500-2000 ਦੀ ਆ ਹੋਇਆ ਸਾਰਾ ਕਸਟਮ ਭਾਜੀ ਇਹ। ਠੀਕ ਹੈ ਭਾਜੀ। ਤੇ ਕਾਫੀ ਵਧੀਆ ਲੁੱਕ ਇਹਦੇ ਨਾਲ ਟਰੈਕਟਰ ਦੀ ਆਉਂਦੀ, ਹੈ ਨਾ? ਤੇ ਭਾਈ ਲਾਈਟ ਜਿੱਦਾਂ ਹੈਗੀ ਆ ਕਿ ਜਾਂ ਮਤਲਬ ਸਿਰਫ ਸ਼ੋਅ ਲਈ ਆ? ਲਾਈਟ ਹੈਗੀ ਭਾਜੀ, ਪਰ ਇੰਨੀ ਨਹੀਂ ਆ, ਉਹਦੇ ਕਰਕੇ ਫਿਰ ਬਾਹਰ ਲਾਈਓ ਆ। ਠੀਕ ਹੈ। ਹਾਂਜੀ ਹਾਂਜੀ। ਇੰਨੀ ਲਾਈਟ ਨਹੀਂ ਹੈਗੀ ਇਹਨਾਂ ਦੀ। ਠੀਕ ਹੈ। ਵੈਸੇ ਸੋਹਣੀਆਂ ਲੱਗਦੀਆਂ। ਹਾਂਜੀ ਸੋਹਣੀਆਂ ਲੱਗਦੀਆਂ। ਹਾਂਜੀ ਹਾਂਜੀ। ਤੇ ਬਾਕੀ ਟਾਇਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਲਾਈਟਾਂ ਲੱਗੀਆਂ ਹੋਈਆਂ, ਪਰ ਰਾਤ ਦਾ ਸ਼ਾਟ ਜਿਹੜਾ ਤੁਹਾਨੂੰ ਉਹ ਜ਼ਰੂਰ ਐਡ ਕਰਾਂਗੇ ਦਿਨ ਦੇ ਵਿੱਚ, ਤੁਹਾਨੂੰ ਪਤਾ ਕਿ ਲਾਈਟ ਦਾ ਜਿਹੜੀ ਬ੍ਰਾਈਟਨੈਸ ਉਹ ਇੰਨੀ ਨਹੀਂ ਹੁੰਦੀ। ਤੇ ਭਾਅ ਜੀ ਹੁਣ ਆਪਾਂ ਚੱਲਦੇ 2 ਫੁੱਟੇ ਟਾਇਰਾਂ ਵਾਲ। ਹਾਂਜੀ। ਇਹਦੇ ਵਿੱਚ ਆਪਾਂ ਬ੍ਰਾਂਡ ਜਿਹੜਾ ਵਧੀਆ ਯੂਜ਼ ਕੀਤਾ ਸਪੀਡਵੇ ਦਾ, ਹੈ ਨਾ? ਹਾਂਜੀ। ਇਹ ਆਪਾਂ ਨੂੰ ਦੱਸ ਦਿਓ ਆਪਾਂ ਨੂੰ ਕਿੱਥੋਂ ਜਿੱਦਾਂ ਆਪਾਂ ਬਾਏ ਕੀਤੀ? ਇਹ ਭਾਅ ਜੀ ਆਪਾਂ ਨਵੇਂ ਸ਼ਹਿਰੋਂ ਪਾਏ ਸੀ ਗੈਰਨ ਦਿਓ। ਠੀਕ ਹੈ ਭਾਅ ਜੀ। ਹਾਂਜੀ। ਇਹ ਆਪਾਂ ਨੂੰ ਅਰਾਊਂਡ 34-35 ਹਜ਼ਾਰ ਦੇ ਪਏ ਸੀ ਆਪਾਂ ਨੂੰ। ਇਹ ਆਪਾਂ ਵਿਦਾਊਟ ਸਪੇਸਰ ਪਾਏ? ਹਾਂਜੀ, ਇਹ ਵਿਦਾਊਟ ਸਪੇਸਰ ਹੈ ਭਾਅ ਜੀ ਇਹ ਸਾਰੇ। ਠੀਕ ਹੈ ਭਾਅ ਜੀ। ਹਾਂਜੀ, ਇਹ ਸਪੇਸਰ ਨਹੀਂ ਇਹਨਾਂ ਐਡ ਕੀਤੇ ਹੋ। ਠੀਕ ਹੈ। ਇਹ ਸਿੱਧੇ ਹੱਬ ਨਾਲ ਚੜਦੇ ਆ। ਠੀਕ ਹੈ। ਹਾਂਜੀ। ਤੇ ਇਹ ਜਿੱਦਾਂ ਕਾਫੀ ਜਿੱਦਾਂ ਘੱਟ ਕੋਸਟ ਤੁਹਾਨੂੰ ਪਈ ਆ, ਤਕਰੀਬਨ ਸਪੇਸਰਾਂ ਵਾਲੇ ਜਿਹੜੇ ਉਹ ਇੰਨੇ ਦੇ ਪੈਂਦੇ ਆ, ਹੈ ਨਾ? ਹਾਂਜੀ, ਉਹ ਆਪਣਾ ਫਰੈਂਡ ਹੀ ਸੀ। ਠੀਕ ਹੈ ਭਾਅ ਜੀ। ਫਿਰ ਤਾਂ ਕਰਕੇ ਆਪਾਂ ਨੂੰ ਇੰਨੇ ਕੁ ਦੇ ਪਏ ਇਹ। ਠੀਕ ਹੈ ਭਾਅ ਜੀ। 34-35 ਦੇ ਪੈ ਗਏ। ਹਾਂਜੀ, 34-35 ਹਜ਼ਾਰ। ਤੇ ਭਾਅ ਜੀ ਇਹਨਾਂ ਦੀ ਗਰੰਟੀ ਕੁਛ ਮਤਲਬ? ਇਹਨਾਂ ਦੀ ਭਾਅ ਜੀ ਗਰੰਟੀ ਨਹੀਂ ਹੁੰਦੀ ਕੋਈ। ਠੀਕ ਹੈ ਭਾਅ। ਹਾਂਜੀ ਹਾਂਜੀ। ਠੀਕ ਹੈ। ਤੇ ਜੇ ਭਾਅ ਜੀ ਆਪਾਂ ਗੱਲ ਕਰੀਏ ਵੀ ਸਿਸਟਮ ਆਪਾਂ ਕਾਫੀ ਹੈਵੀ ਇਹਦੇ ਵਿੱਚ ਯੂਜ਼ ਕੀਤਾ, ਹੈ ਨਾ? ਹਾਂਜੀ। ਉਹਦੇ ਲਈ ਆਪਾਂ ਜਿੱਦਾਂ ਅਲਟੀਨੇਟਰ ਜਾਂ ਬੈਟਰੀ ਕੁਛ ਚੇਂਜ ਕੀਤਾ ਹੋਵੇ? 120 ਦਾ ਹੈ ਜੀ ਅਲਟੀਨੇਟਰ। ਠੀਕ ਹੈ ਭਾਅ ਜੀ। ਹਾਂਜੀ। ਤੇ ਬੈਟਰੀ ਵੀ ਦੂਜੀ ਕੀਤੀ ਹੋਵੇ, 110 ਦੀ ਆ ਬੈਟਰੀ। ਠੀਕ ਹੈ। ਹਾਂਜੀ। ਤੇ ਇਹ ਮੇਰੇ ਸਾਨੂੰ ਸਕੋਰਪੀਓ ਨੂੰ ਆਉਂਦਾ ਨਾ ਸ਼ਾਇਦ, 120 ਦਾ ਸਕੋਰਪੀਓ ਦਾ ਲੱਗਾ। ਹਾਂਜੀ ਹਾਂਜੀ। ਠੀਕ ਹੈ ਭਾਅ ਜੀ। ਤੇ ਜਿਹਦਾ ਹੁਣ ਕਰੰਟ ਪੂਰਾ ਓਕੇ ਆ, ਹੈ ਨਾ ਉਹਦੇ ਨਾਲ? ਠੀਕ ਹੈ। ਹਾਂਜੀ ਭਾਅ ਜੀ, ਕਰੰਟ ਤਾਂ ਪੂਰਾ ਆ। ਠੀਕ ਹੈ। ਹਾਂਜੀ। ਤੇ ਬਾਕੀ ਭਾਅ ਜੀ ਜਿੱਦਾਂ ਆਪਾਂ ਬੈਕ ਵੀਲ ਜਿਹੜੇ ਆਪਾਂ ਚੇਂਜ ਕੀਤੇ ਹੋਏ ਆਪਾਂ ਕਟਿੰਗ ਕਰਵਾ ਕੇ, ਹੈ ਨਾ? ਹਾਂਜੀ। ਆਪਾਂ ਜਿਹੜੇ ਉੱਪਰ
ਠੀਕ ਹੈ ਭਾਜੀ। ਤੇ ਇਹ ਜਿੱਦਾਂ ਹੋਣੀ ਭਾਜੀ ਜਿੱਦਾਂ ਰੇਡੀਅਲ ਤੁਹਾਨੂੰ ਸਹੀ ਲੱਗੇ ਜਿੱਦਾਂ ਇਹੀ ਇਹ ਭਾਜੀ ਵਧੀਆ ਆ ਟਾਇਰ, ਠੀਕ ਹੈ ਪਹਿਲਾਂ ਵੀ ਇਹਨਾਂ ਨੂੰ ਇਹੀ ਸੀ, ਇਹਨੂੰ ਇਹੀ ਪਾਇਆ ਸੀ MRF ਦੇ, ਠੀਕ ਹੈ ਤੇ ਭਾਜੀ। ਸਾਨੂੰ ਭਰੋਸਾ ਹੁੰਦਾ ਬੰਦੇ ਨੂੰ ਕਿ ਹਾਂਜੀ ਇਹੀ ਹਾਂਜੀ ਪਾਤੇ ਭਾਜੀ ਆਪਾਂ ਫਿਰ MRF ਦੇ, ਠੀਕ ਹੈ ਭਾਜੀ। ਹਾਂਜੀ ਠੀਕ ਆ। ਤੇ ਜੇ ਭਾਜੀ ਆਪਾਂ ਚੱਲੀਏ ਵੀ ਅਸੈਸਰੀ ਆਪਾਂ ਲਗਵਾਈ ਹੋਈ ਇਹਦੇ ਵਿੱਚ ਹੈ ਨਾ, ਜਿੱਦਾਂ ਆਪਾਂ ਐਗਜ਼ੌਸਟ ਚੇਂਜ ਕਰਾਇਆ ਹੋਇਆ ਹਾਂਜੀ, ਤੇ ਸਟੀਅਰਿੰਗ ਆਪਾਂ ਕਰੋਮ ਵਾਲਾ ਇਹਦੇ ਵਿੱਚ ਲਗਵਾਇਆ ਹੈ ਨਾ। ਹਾਂਜੀ ਕਰੋ। ਇਹ ਜਿਹੜੀ ਆਪਾਂ ਅਸੈਸਰੀ ਲਗਵਾਉਂਦੇ ਇਹ ਆਪਾਂ ਕਿੱਥੋਂ ਲਗਵਾਉਂਦੇ ਭਾਜੀ? ਇਹ ਭਾਜੀ ਜਿਹੜਾ ਕਰੋਮ ਵਾਲਾ ਆ ਸਲਾਂਸਰ ਪਾਈਪ, ਇਹ ਭਾਜੀ ਆਪਾਂ ਨਵੇਂ ਸ਼ਹਿਰੋਂ ਲਿਆਂਦਾ ਸੀ। ਠੀਕ ਹੈ। ਇਹ ਅਰਾਊਂਡ 1200 ਦਾ ਸੀ ਇਹ ਭਾਜੀ, ਬਾਅਦ ਚ ਸਲਾਂਸਰ ਪਾਈਪ ਠੀਕ ਵਿੱਚ ਭਾਜੀ ਇਹਦੇ ਹੋਲੈਂਡ ਦਾ ਸਲਾਂਸਰ ਆ, ਠੀਕ ਹੈ। ਹਾਂਜੀ ਉਹਦਾ ਕਰਕੇ ਕਰੋਮ ਜਿਹੜੀ ਬਚੀ ਹੋਈ ਹੈ, ਬਚੀ ਹੋਈ ਆ ਮਤਲਬ ਕਿ ਖਰਾਬ ਹੋ ਜਾਂਦੀ ਹੈ ਨਾ। ਹਾਂਜੀ ਉਹ ਕਰਕੇ ਜਾਣੀ ਇੰਨੀ ਆਵਾਜ਼ ਵੀ ਨਹੀਂ ਹੈਗੀ ਟਰੈਕਟਰ ਦੀ, ਠੀਕ ਹੈ, ਨੋਰਮਲ ਜੀ ਆ, ਜ਼ਿਆਦਾ ਆਵਾਜ਼ ਨਹੀਂ ਆ। ਠੀਕ ਹੈ ਭਾਜੀ। ਹਾਂਜੀ ਤੇ ਸਟੀਅਰਿੰਗ ਆਪਾਂ ਕਿੱਥੋਂ ਲਗਵਾਇਆ? ਇਹ ਭਾਜੀ ਨਵੇਂ ਸ਼ਹਿਰੋਂ ਲਿਆਂਦਾ ਸੀ ਇਹ ਵੀ, ਠੀਕ ਹੈ। ਹਾਂਜੀ ਹਾਂਜੀ ਤੇ ਇਹਦੀ ਕੋਸਟ ਕੋਈ ਆਈਡੀਆ ਹੈਗਾ ਮਤਲਬ ਕਿੰਨੇ ਕੁ ਦਾ ਹੋਊਗਾ? ਇਹ ਭਾਜੀ 2500 ਦਾ, ਇੰਨੇ ਕੁ ਦਾ ਮਤਲਬ? ਠੀਕ ਹੈ ਹਾਂਜੀ। ਬਾਕੀ ਆਪਾਂ ਤੁਹਾਨੂੰ ਟੋਟਲ ਕੋਸਟ ਇੱਕ ਵਾਰੀ ਦੁਬਾਰਾ ਦੱਸ ਦਾਂਗੇ ਲਾਸਟ ਵਿੱਚ, ਕਿਉਂਕਿ ਕਨਫਰਮ ਨਹੀਂ ਹੁੰਦਾ ਬਾਈ, ਕਿਉਂਕਿ ਥੋੜਾ ਥੋੜਾ ਕੰਮ ਜਿੱਦਾਂ ਜਿੱਦਾਂ ਮਨ ਹੁੰਦਾ ਮੋਡੀਫਿਕੇਸ਼ਨ ਦਾ ਉਦਾਂ ਉਦਾਂ ਬਾਈ ਕਰਦੇ ਕਰ ਲਈਦਾ। ਠੀਕ ਹੈ ਭਾਜੀ। ਤੇ ਹੁਣ ਆਪਾਂ ਚੱਲਦੇ ਹਾਂ ਸਿਸਟਮ ਵਾਲੀ ਸਾਈਡ। ਹਾਂਜੀ ਤੇ ਸਿਸਟਮ ਆਪਾਂ ਕਾਫੀ ਹੈਵੀ ਇਹਦੇ ਵਿੱਚ ਯੂਜ਼ ਕੀਤਾ ਆ, ਤੇ ਸਬਵੂਫਰ ਆਪਾਂ ਕਿਹੜੇ ਕਿਹੜੇ ਇਹਦੇ ਵਿੱਚ ਯੂਜ਼ ਕੀਤੇ? ਇਹ ਭਾਜੀ 4 ਹੈਗੇ ਆ ਰੌਕਫੋਰਡ ਦੇ, ਠੀਕ ਹੈ, ਤੇ 2 ਭਾਜੀ ਹੈਗੇ ਪਾਇਨੀਅਰ ਦੇ, D4 ਹਾਂਜੀ। ਠੀਕ ਹੈ। 12-11 ਭਾਜੀ ਨੇ 2 ਯੂਜ਼ ਕੀਤੇ ਆ, ਤੇ P2 2 ਜਿਹੜੇ 4 ਯੂਜ਼ ਕੀਤੇ ਆ। ਹਾਂਜੀ ਭਾਜੀ। ਤੇ ਭਾਜੀ ਆਪਾਂ ਓਵਲ ਇਹਦੇ ਵਿੱਚ 6 ਯੂਜ਼ ਕੀਤੇ ਆ ਹਨਾ। ਹਾਂਜੀ। ਤੇ ਸੋਨੀ ਦੇ ਆਪਾਂ 4 ਓਵਲ ਯੂਜ਼ ਕੀਤੇ। ਹਾਂਜੀ। ਤੇ ਪਾਇਨੀਅਰ ਦੇ 2 2 ਆ। ਹਾਂਜੀ। ਤੇ ਸਾਊਂਡ ਪੂਰਾ ਓਕੇ ਆ? ਹਾਂਜੀ ਪੂਰਾ ਵਧੀਆ ਹੈ ਜੀ। ਠੀਕ ਹੈ ਭਾਜੀ। ਹਾਂਜੀ ਤੇ ਭਾਜੀ ਕਈ ਜਿੱਦਾਂ ਹੁੰਦਾ ਵੀ ਜਿੱਦਾਂ ਸਬਵੂਫਰ ਜਿਹੜਾ ਆ P2 ਆ, ਹਾਂਜੀ, ਇਹ ਥੋੜਾ ਕੋਸਟਲੀ ਪੈ ਜਾਂਦਾ ਆਪਾਂ ਨੂੰ ਹਨਾ। ਹਾਂਜੀ। ਤੇ ਤੁਹਾਨੂੰ ਇਹਦਾ ਸਿਸਟਮ ਲੱਗਾ ਹੋਇਆ ਜਿੱਦਾਂ ਕਿਵੇਂ ਲੱਗਾ? ਵੀ ਵਧੀਆ ਵੱਜਦੇ ਆ? ਹਾਂਜੀ ਬਹੁਤ ਵਧੀਆ ਆ। ਠੀਕ ਹੈ। ਹਾਂਜੀ ਵਧੀਆ ਵੱਜਦਾ ਇਹਨੂੰ ਪੂਰਾ ਜੀ। ਠੀਕ ਹੈ ਭਾਜੀ। ਹਾਂਜੀ ਹਾਂਜੀ। ਇਹ ਜਿੱਦਾਂ ਭਾਜੀ ਕਾਫੀ ਜਿੱਦਾਂ ਲੋਕਾਂ ਦਾ ਸਵਾਲ ਹੁੰਦਾ ਹੈ ਨਾ ਇਹਦਾ ਕਰਕੇ ਬੂਫਰ ਦਾ, ਕੁਆਲਿਟੀ ਦਾ ਕਰਕੇ, ਮੈਂ ਤਾਂ ਹੀ ਤੁਹਾਨੂੰ ਵੀ ਹੁਣ ਪੁੱਛਿਆ ਵੀ ਤੁਹਾਨੂੰ ਕੁਆਲਿਟੀ ਜਿੱਦਾਂ ਬੂਫਰ ਦੀ? ਬਹੁਤ ਵਧੀਆ ਹੈ ਭਾਜੀ ਇਹਨਾਂ ਦੀ। ਠੀਕ ਹੈ ਭਾਜੀ। ਹਾਂਜੀ ਹਾਂਜੀ ਬਹੁਤ ਵਧੀਆ ਵੱਜਦੇ ਆ ਇਹ। ਠੀਕ ਹੈ। ਹਾਂਜੀ। ਤੇ ਜਿਹੜੇ D4 ਆ ਉਹ ਤਾਂ ਚਲੋ ਹੈ ਮਤਲਬ ਨੋਰਮਲ, ਜਿੰਨੇ ਵੀ ਬੂਫਰ ਯੂਜ਼ ਹੁੰਦੇ ਆ ਆਮ ਟਰੇਟਰਾਂ ਦੇ ਵਿੱਚ ਉਹ D4 11-11 ਯੂਜ਼ ਹੁੰਦੇ ਆ। ਹਾਂਜੀ ਠੀਕ ਹੈ ਭਾਜੀ। ਤੇ ਜੇ ਆਪਾਂ ਭਾਈ ਬੈਕ ਸਾਈਡ ਦੀ ਗੱਲ ਕਰੀਏ ਤੇ ਕਾਫੀ ਸੋਹਣੀ ਜਿਹਾ ਬੈਕ ਸਾਈਡ ਆਪਾਂ ਇਹਦੀ ਤਿਆਰ ਕਰਵਾਈ ਆ ਹਨਾ। ਹਾਂਜੀ। ਤੇ ਇਹ ਆਪਾਂ ਕੰਮ ਕਿੱਥੋਂ ਕਰਵਾਇਆ ਸੀਗਾ? ਇਹ ਭਾਜੀ ਉਹਨੇ ਕੀਤਾ ਸੀ, ਇਹ ਆ ਜਿਹੜਾ ਪਿੱਛੇ ਸਟੋਨ ਵਗੈਰਾ ਆ, ਠੀਕ ਹੈ ਭਾਜੀ, ਜਾਂ ਅੰਦਰ ਲੱਗੇ ਆ ਜਿਹੜੇ ਭਾਜੀ, ਠੀਕ ਹੈ ਭਾਜੀ। ਇਹ ਭਾਜੀ ਢਾਹਾਂ ਤੋਂ ਆ ਕੋਲ ਹੀ ਆਪਣੇ ਪਿੰਡ, ਠੀਕ ਹੈ, ਉਹ ਮੁੰਡਾ ਫਰਨੀਚਰ ਦਾ ਕੰਮ ਕਰਦਾ, ਉਹਨੇ ਇਹ ਚੀਜ਼ ਤਿਆਰ ਕੀਤੀ ਆ। ਠੀਕ ਹੈ ਭਾਜੀ। ਹਾਂਜੀ। ਤੇ ਜਿਹੜੀ ਆਪਾਂ ਮੋਨੋ ਇਹਦੇ ਵਿੱਚ ਯੂਜ਼ ਕੀਤੀਆਂ ਭਾਜੀ? ਹਾਂਜੀ। ਜਿਹੜੀਆਂ ਆਪਾਂ 2 ਮੋਨੋ ਤਾਂ ਸੇਮ ਯੂਜ਼ ਕੀਤੀਆਂ V12 ਦੀਆਂ ਹਨਾ। ਹਾਂਜੀ। ਤੇ ਇੱਕ ਮੋਨੋ ਆਪਾਂ ਕਿਹੜੀ ਯੂਜ਼ ਕੀਤੀ ਭਾਜੀ? ਇੱਕ ਭਾਜੀ ਪਾਇਨੀਅਰ ਦੀ ਆ ਮੋਨੋ। ਹਾਂਜੀ ਹਾਂਜੀ। ਠੀਕ ਹੈ। ਇੱਕ ਮੋਨੋ ਉਹ ਥੱਲੇ ਆ, ਠੀਕ ਹੈ, ਉਹ ਪਾਇਨੀਅਰ ਦੀ ਲੱਗੀ ਉਹ ਆ। ਠੀਕ ਹੈ। ਹਾਂਜੀ। ਤੇ ਜਿਹੜਾ ਐਂਪਲੀਫਾਇਰ ਆਪਾਂ ਯੂਜ਼ ਕੀਤਾ 2 ਚੈਨਲ ਯੂਜ਼ ਕੀਤਾ? ਹਾਂਜੀ 2 ਚੈਨਲ ਆ ਭਾਜੀ। ਠੀਕ ਹੈ। ਨੋਰਮਲ ਮਤਲਬ 6 ਸਪੀਕਰ ਵਧੀਆ ਚੱਲੀ ਜਾਂਦੇ? ਵਧੀਆ ਚੱਲੀ ਜਾਂਦੇ। ਹਾਂਜੀ ਭਾਜੀ। ਠੀਕ ਹੈ। ਤੇ ਬਾਕੀ ਆਪਾਂ ਤੁਹਾਨੂੰ NCS ਦਾ ਮਿਊਜ਼ਿਕ ਸੁਣਾਵਾਂਗੇ ਤੇ ਦੱਸਿਓ ਜ਼ਰੂਰ ਕਿਵੇਂ ਲੱਗਾ ਤੁਹਾਨੂੰ। ਤੇ ਬਾਕੀ ਤੁਸੀਂ ਦੇਖ ਸਕਦੇ ਟਾਇਰਾਂ ਦੇ ਵਿੱਚ ਬੈਕ ਸਾਈਡ ਤੇ ਵੀ ਲਾਈਟਾਂ ਲੱਗੀਆਂ ਹੋਈਆਂ, ਰਾਤ ਦਾ ਵਿਊ ਆਪਾਂ ਤੁਹਾਨੂੰ ਇਹਦਾ ਜ਼ਰੂਰ ਐਡ ਕਰਾਂਗੇ। ਤੇ ਜੇ ਹੁਣ ਆਪਾਂ ਚੱਲੀਏ ਭਾਜੀ ਇੱਧਰਲੀ ਸਾਈਡ ਤੇ ਆਪਾਂ ਗਰਾਸ ਲਗਵਾਇਆ ਹੋਇਆ ਥੱਲੇ ਲੁੱਕ ਲਈ, ਕਾਫੀ ਵਧੀਆ ਲੁੱਕ ਇਹਦੇ ਨਾਲ ਆਉਂਦੀ ਆ ਤੇ ਘੈਂਟ ਚੀਜ਼ ਅੱਜ ਕੱਲ੍ਹ ਮਤਲਬ ਕਿ ਵਧੀਆ ਚੀਜ਼ ਚੱਲਦੀ ਪਈ ਹੈ ਨਾ। ਇੱਕ ਤਾਂ ਰੰਗ ਰੁੰਗ ਥੱਲੇ ਬਚਿਆ ਰਹਿੰਦਾ ਆ, ਦੂਜੀ ਗੱਲ ਆ ਜੇ ਰੰਗ ਖਰਾਬ ਵੀ ਹੋਇਆ ਤਾਂ ਉਹ ਵੀ ਢਕਿਆ ਰਹਿੰਦਾ ਉਹਦੇ ਨਾਲ ਹੈ ਨਾ। ਠੀਕ ਹੈ। ਤੇ ਭਾਈ ਰੂਫ ਦੀ ਜੇ ਹੁਣ ਆਪਾਂ ਗੱਲ ਕਰੀਏ, ਹਾਂਜੀ ਰੂਫ ਬਹੁਤ ਘੈਂਟ ਬਣਾਇਆ ਹੋਇਆ। ਹਾਂਜੀ। ਤੇ ਇੱਕ ਜਿਹੜੀ ਆਪਾਂ ਵਿੱਚ ਗੰਨ ਲਗਵਾਈ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਇਹ ਭਾਜੀ ਆਟੋ ਲੈਂਡ ਤੋਂ ਲਵਾਈ ਸੀ ਨਵੇਂ ਸ਼ਹਿਰ ਤੋਂ। ਠੀਕ ਹੈ। ਹਾਂਜੀ ਉਹਨੇ ਕੀਤਾ ਸੀ ਵਰਕ ਸਾਰਾ। ਠੀਕ ਹੈ ਭਾਜੀ। ਹਾਂਜੀ ਇਹ ਰੂਫ ਦਾ ਸਾਰਾ ਵਰਕ ਉਹਨੇ ਕੀਤਾ ਹੈ ਆਪਣਾ। ਠੀਕ ਹੈ। ਇਹਦੀ ਕੋਸਟ ਕੁਝ ਪਤਾ ਭਾਜੀ? ਰੂਫ ਦੀ ਅਰਾਊਂਡ ਆਪਾਂ ਨੂੰ 9500 ਦੀ ਰੂਫ ਸੀ। ਠੀਕ ਹੈ। ਡਾਊਨ ਸੀਲਿੰਗ ਕਰਕੇ ਪਿੱਛੇ ਲਾਈਟਾਂ ਲਵਾਈਆਂ 1500 ਦੀਆਂ, ਉਹ ਜਾਣੀ ਆਪਾਂ ਨੂੰ 11-12 ਹਜ਼ਾਰ 'ਚ ਪੈ ਗਿਆ। ਠੀਕ ਹੈ। ਹਾਂਜੀ ਹਾਂਜੀ ਠੀਕ ਆ। ਤੇ ਬਾਕੀ ਘੈਂਟ ਚੀਜ਼ ਆ, ਮੈਨੂੰ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗੀ ਉਹ ਗੰਨ ਲੱਗੀ ਵਿੱਚ ਲੱਗੀ ਹੋਈ। ਹਾਂਜੀ। ਤੇ ਇਹ ਵੀ ਬਾਈ ਨੇ ਉੱਥੋਂ ਹੀ ਲਈ ਜਿੱਦਾਂ? ਇਹ ਭਾਜੀ ਉਹਨੇ ਆਪ ਕੀਤਾ ਸਾਰਾ ਕੁਝ। ਠੀਕ ਹੈ। ਬਾਈ ਨੇ ਆਪ ਹੀ ਲਿਆ ਕੇ ਦਿੱਤਾ ਸਾਰਾ ਕੁਝ। ਹਾਂਜੀ ਠੀਕ ਆ। ਤੇ ਭਾਈ ਫਰੰਟ ਸਾਈਡ ਤੇ ਆਪਾਂ ਡਿਸਪਲੇ ਦੇ ਵਿੱਚ ਲਗਵਾਈ ਆ। ਹਾਂਜੀ। ਇਹ ਮਲਟੀ ਕਲਰ ਆ ਜਾਂ ਸਿੰਗਲ ਕਲਰ? ਭਾਜੀ ਮਲਟੀ ਕਲਰ ਆ ਇਹ। ਠੀਕ ਹੈ। ਹਾਂਜੀ। ਤੇ ਇਹ ਆਪਾਂ ਕਿੱਥੋਂ ਲਗਵਾਈ ਸੀਗੀ? ਇਹ ਭਾਜੀ ਮੈਂ ਜਲੰਧਰੋਂ ਲਿਆਂਦੀ ਸੀ। ਠੀਕ ਹੈ। ਹਾਂਜੀ। ਤੇ ਇਹਦੀ ਕੋਸਟ ਕਿੰਨੀ ਕੇ ਪੈ ਗਈ ਆਪਾਂ ਨੂੰ? 5500 ਭਾਜੀ। ਠੀਕ ਹੈ। ਹਾਂਜੀ। ਤੇ ਇਹਦੀ ਕਿੰਨੀ ਲੈਂਥ ਵਾਲੀ ਆ ਇਹ? ਨਾਰਮਲ ਵਾਲੀ ਆ ਮੈਂ ਇਹ। ਹਾਂਜੀ ਨਾਰਮਲ ਲੈਂਥ ਆ। ਠੀਕ ਹੈ। ਹਾਂਜੀ ਇੱਕ ਤਾਂ ਆ ਜਾਂਦੀ ਜਿੱਦਾਂ ਕਾਫੀ ਸਾਈਡਾਂ ਨੂੰ ਨਿਕਲ ਜਾਂਦੀ ਹੈ ਨਾ, ਓਵਰ ਹੋ ਜਾਂਦਾ ਨਾ। ਇਹ ਰੂਫ ਤੇ ਨਾ ਲੱਗਣੀ ਨਹੀਂ ਸੀ, ਵਧੀਆ ਨਹੀਂ ਸੀ ਲੱਗਣੀ। ਹਾਂਜੀ ਉਹ ਜ਼ਿਆਦਾਤਰ ਨਿਊ ਹੋਲੈਂਡ ਤੇ ਲੱਗਦੀ ਹੈ।
ਤੇ ਜੇ ਭਾਜੀ ਆਪਾਂ ਗੱਲ ਕਰੀਏ ਵੀ ਕੋਸਟ ਦੀ ਹੁਣ ਤੱਕ ਆਪਾਂ ਟਰੈਕਟਰ ਦੇ ਮਤਲਬ 2-2.5 ਲੱਖ ਲਾ ਚੁੱਕੇ ਆ ਜਾਂ ਕਿਵੇਂ? ਹਾਂਜੀ ਭਾਜੀ, ਇੰਨਾ ਕੁ ਤਾਂ ਆਰਾਮ ਨਾਲ ਲੱਗ ਗਿਆ। ਠੀਕ ਹੈ, ਹਾਂਜੀ ਹਾਂਜੀ। ਤੇ ਬਾਕੀ ਸਿਸਟਮ ਕਾਫੀ ਵਧੀਆ ਲੱਗਾ ਹੋਇਆ ਆ, ਰੂਫ ਵੀ ਤਿਆਰ ਆ, ਟਾਇਰ ਵਗੈਰਾ ਵੀ ਆਪਾਂ ਚਾਰੇ ਚੇਂਜ ਕੀਤੇ ਹੋਏ, ਇੰਨੇ ਕੁ ਤਾਂ ਲੱਗ ਹੀ ਗਏ ਆ ਮੇਰੇ ਨਾਲ। ਬਾਕੀ ਥੋੜੇ ਬਹੁਤੇ ਭਾਈ ਨਾਲ ਦੀ ਨਾਲ ਲੱਗੀ ਜਾਂਦੇ ਹੁੰਦੇ, ਕਿਉਂਕਿ ਜੇ ਆਪਾਂ ਗੱਲ ਕਰੀਏ ਵੀ ਨਿੱਕੀ ਮੋਟੀ ਚੀਜ਼ ਤੇ ਗਿਣਤੀ ਜੀ ਨਹੀਂ ਹੈਗੀ। ਹਾਂਜੀ, ਤੇ ਕਿਉਂਕਿ ਲਾਈਟਾਂ ਲੂਟਾਂ ਆਪਾਂ ਜੇ ਕੰਮ ਕਰਵਾਉਣ ਚੱਲ ਜਾਈਏ 5-7 ਹਜ਼ਾਰ ਤੋਂ ਇੰਨਾ ਤਾਂ ਹਾਂਜੀ ਭਾਜੀ ਲੱਗੇ ਜਾਂਦੇ, ਤੇ ਉਹ ਹਲੇ ਆਪਣੀ ਗਿਣਤੀ ਚ ਨਹੀਂ ਆਉਣਾ, ਕਿਉਂਕਿ ਆਪਾਂ ਜੇ ਗੱਲ ਕਰੀਏ ਸਿਸਟਮ ਦੀ ਜਾਂ ਰੂਫ ਦੀ, ਉਹ ਹੀ ਟਾਇਰਾਂ ਦੀ ਜਿੱਦਾਂ ਗਿਣਤੀ ਜੀ ਆਉਂਦੇ ਆ, ਨਿੱਕੀਆਂ ਚੀਜ਼ਾਂ ਤਾਂ ਆਉਂਦੀਆਂ ਨਹੀਂ ਆਉਂਦੀਆਂ। ਤੇ ਬਾਕੀ ਆਪਾਂ ਤੁਹਾਨੂੰ NCS ਦਾ ਮਿਊਜ਼ਿਕ ਸੁਣਾਉਂਦੇ ਹਾਂ, ਪੰਜਾਬੀ ਵਰਜ਼ਨ ਸੁਣਨਾ ਚਾਹੁੰਦੇ ਤਾਂ ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਵੀਡੀਓ ਦੇਖ ਸਕਦੇ ਹਾਂ। ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਰ ਨਵੇਂ ਵੀਵਰ ਹਾਂ। ਥੈਂਕ ਯੂ ਜੀ।